हाँ जी सत श्री अकाल जी, असी जान लगे अज ब्याह नूं ते समान साडा हो गया सारा रेडी। पापा होरे पहला ही रेडी ने। पापा दा रट्टा सवेर दा तैयार होया नाले सानू केड़ा होर कोई कम है, अज तां सवेरे ही सजरी तैयार हो के बैठे ने। वी चलो जदों कोई कहणगे चलो भाई बैग देख लो साडे हुण ਤਮਾਂ ਤਾਂ ਐਂ ਚੱਕਿਆ ਵਾ ਵੀ ਪਤਾ ਨਹੀਂ ਬਹੁਤ ਮਹੀਨੇ ਦੇ ਟੂਰ 'ਤੇ ਚੱਲੇ ਹੁੰਦੇ ਜਿਵੇਂ, ਉੱਧਰ ਮੰਮੀ ਵੀ ਤਿਆਰ ਹੋਏ ਫਿਰਦੇ ਦੇਖ ਲਓ ਤੋਰ ਹੀ ਬਦਲ ਗਈ। ਮੈਂ ਰੱਖਿਆ ਹੋਣਾ ਕਹਿੰਦਾ ਸਮਾਨ ਤੋਂ ਗੱਲ ਹੈ ਵੀ ਚਾਹੇ ਅਸੀਂ ਬੁੜੇ ਵੀ ਹੋ ਗਏ, ਇਹ ਨਾਨਕੇ ਜਾਣ ਦਾ ਸਾਰਾ ਸਵਾਦ ਹੀ ਹੋ ਰਿਹਾ। ਹਾਂ ਸਾਲਾ ਤਾਂ ਜੂੜਾ ਇਹਨਾਂ ਦਾ ਨਾਨਕੇ ਪਿੰਡ ਵਿਆਹ ਜਾ ਰਹੇ ਹੈ। ਹਾਂ ਮਤਲਬ ਇਹਦਾ ਉਹੀ ਐਂ ਲੱਗਦਾ ਵੀ ਉਹ ਬਚਪਨ ਜਿਹੀ ਐਂ ਲੱਗਦਾ ਵੀ ਨਾਨਕਿਆਂ ਨੂੰ ਚੱਲਿਆ ਚਾਹ ਨਹੀਂ ਹੁੰਦਾ ਪੂਰਾ। ਬੇਸਿਕਲੀ ਤੁਹਾਨੂੰ ਦੱਸਦਾ ਸੀ ਕਿੱਥੇ ਚੱਲਿਆ ਵਿਆਹ। ਵਿਆਹ ਹੈਗੇ ਮੇਰੇ ਪਾਪਾ ਦੇ ਨਾਨਕੇ ਘਰ। ਅੱਛਾ ਇਹ ਐਲਬਮ ਉੱਪਰ ਰੱਖ ਦੇ, ਇੱਥੇ ਰੱਖਣ ਨਾਲ ਉੱਪਰ ਮੂਹਰੇ ਮਨਦੀਪ ਕੀ ਸ਼ਾਦੀ ਵਾਲੀ। ਇਹ ਬੈਗ ਨੂੰ ਹਾਰਡ ਹੈ ਦੱਬਦਾ ਨਹੀਂ। ਬਸ ਠੀਕ ਆ, ਆ ਗਿਆ ਸਾਰਾ ਸਮਾਨ ਆ ਗਿਆ। ਬਸ ਹਾਂ ਇੱਕ ਦੋ ਲਿਫਾਫੇ ਰਹਿ ਗਏ, ਬਸ ਆਈਏ ਲਾਸਟ। ਅੱਛਾ ਬਸ ਹੋ ਜਾਊ ਬੰਦ। ਅੱਛਾ ਇਹ ਲੁਹਾਵੇ 'ਚ ਮੁੰਡਾ ਤਾਂ ਮੇਰੇ ਕੱਪੜੇ ਨੇ, ਇਹ ਤਾਂ ਹੁਣ ਇੱਕ ਅੱਧਾ ਬੈਗ ਤਾਂ ਆਪਾਂ ਨੂੰ ਅੱਗੇ ਰੱਖਣਾ ਪੈਣਾ। ਬਸ ਇਹ ਅੱਗੇ ਵਿਚਾਲੇ ਰੱਖ ਲਾਂਗੇ। ਦੇਖ ਲਓ ਕਿਸਮਤ ਦੀ ਗੱਲ, ਜਿੱਥੇ ਦਾਣੇ ਕਹਿੰਦੇ ਅਸੀਂ ਘਰੋਂ ਨਿਕਲ ਗਏ ਸੀ, ਸਾਨੂੰ ਰਸਤੇ 'ਚ ਡੱਬਾ ਮਿਲਿਆ। ਰਸਤੇ 'ਚ ਆਉਂਦੇ ਵਿਆਹ ਚੱਲੇ ਸੀਗੇ, ਮੂੰਹ ਮਿੱਠੇ 'ਤੇ ਡੱਬੇ 'ਤੇ ਮਿਲਣੇ ਸਟਾਰਟ ਹੋ ਗਏ। ਅੱਗੇ ਫਾਟਕ ਵੀ ਬੰਦ ਆ, ਹੁਣ ਖੜ ਕੇ ਇੱਕ ਇੱਕ ਲੱਡੂ ਖਾ ਕੇ, ਮੈਂ ਉਹ ਖਾ ਕੇ ਦੇਖਦਾ ਟੋਡਾ। ਉਹ ਵੀ ਉਧਰਲੀ ਸਾਈਡ ਆ ਜੁੱਤੇ ਵੀ ਮੋਚੀ ਕੋਲ। ਹਾਂ ਜਦੇ ਗੋਲੀ ਕਰਤੀ ਗੱਡੀ ਵੀ, ਮੈਂ ਹੀ ਪਹੁੰਚਿਆ ਫਟਾਫਟ ਜਾ ਕੇ ਨਾਨਕਿਆਂ ਕੋਲ ਆਪਦੇ। ਨਾਨਕਾ ਮੇਲ ਤੁਸੀਂ ਕਿਹੜੇ ਹਿਸਾਬ ਨਾਲ ਗਈ ਜਾਂਦੇ? ਆਪਾਂ ਤਾਂ ਆਪਦੇ ਨਾਨਕੇ ਚੱਲੇ ਆ ਪਾਪਾ ਦੇ, ਉਹਨਾਂ ਦੇ ਵਿਆਹ ਵਾਲੇ ਮੁੰਡੇ ਦਾ ਨਾਨਕੇ ਆ ਗਏ। ਅੱਛਾ ਉਹਦੇ ਆ ਗਏ। ਅੱਛਾ ਅੱਛਾ ਅੱਛਾ, ਆਪਾਂ ਤਾਂ ਆਪਣੇ ਨਾਨਕੀ ਚੱਲੇ ਆ। ਨਾਨਕਾ ਮੇਲ ਆ ਗਿਆ, ਵਿਆਹ ਸਟਾਰਟ ਹੀ ਹੁੰਦਾ ਨਾਨਕੇ ਮੇਲ ਤੋਂ। ਨਾਨਕੇ ਚੱਲੇ ਤੁਸੀਂ ਆਪਣੇ ਨਾਲ, ਤੁਸੀਂ ਚੱਲੇ ਹੋ ਨਾਲ, ਸਾਡੇ ਵੀ ਹੋਏ ਫਿਰ ਇੱਕ ਤਰ੍ਹਾਂ ਦੂਰ ਦੀ ਰਿਸ਼ਤੇਦਾਰੀ ਹੋ ਜਾਂਦੀ ਆ ਹੁਣ ਤਾਂ, ਪਰ ਸਾਡੇ ਜਮਾ ਐ ਆ ਜਿਵੇਂ ਘਰ ਵਾਲੀ ਗੱਲ ਆ। ਸਾਡਾ ਸਾਰਾ ਟੱਬਰ ਉੱਥੇ ਮਿਲੂਗਾ ਤੁਹਾਨੂੰ। ਹੁਣ ਪੰਜ ਬੰਦੇ ਗਏ ਹੋਏ ਨੇ, ਪੰਜ ਆਪਾਂ ਜਾ ਰਹੇ ਆ, ਪੰਜ ਹੁਣ ਚੱਲ ਪਏ ਹੁਣੇ। ਮਤਲਬ ਤਿੰਨ ਗੱਡੀਆਂ ਤੇ ਪੂਰੇ ਐਨ ਉਵੇਂ ਹੀ ਹੈ ਸਿਸਟਮ, ਕੋਈ ਰਿਸ਼ਤੇਦਾਰੀ ਪੁਰਾਣੀ ਨਹੀਂ ਹੋਈ ਹਲੇ, ਪੂਰੀ ਫਰੈਸ਼ ਹੀ ਚੱਲ ਰਹੀ ਹੈ। ਦੂਜਾ ਫੋਨ ਆ ਗਿਆ, ਸਾਨੂੰ ਯਾਦ ਕਰ ਰਹੇ ਹਾਂ ਹੁਣ ਕੀ ਦਾ ਆ ਗਿਆ। ਅੱਛਾ ਸ਼ੁਭੂਰਾ ਦਾ ਆ ਗਿਆ। ਅੱਛਾ ਉਹ ਵੀ ਪਹੁੰਚ ਗਏ ਇੱਥੇ, ਪੰਮੀ ਭੂਆ ਹੋਰੀ ਵੀ ਡੈਡ ਹੋਏ ਪਏ ਬੰਦੇ ਵਿੱਚ। ਉਹ ਵੀ ਮੂੰਹ ਅੱਡ ਕੇ, ਸ਼ਾਇਦ ਉਹਦਾ ਬੈਗ ਵਿੱਚ ਫੋਨ ਆ ਗਿਆ, ਫੋਨ ਨੇ ਠਾਲਤਾ। ਅੱਛਾ ਭੂਆ ਦਾ ਫੋਨ। ਕੀ ਕਹਿੰਦੇ ਭੂਆ? ਪੱਗ ਵਧੀਆ ਲੱਗ ਰਹੀ ਆ ਨਾ, ਕੈਮਰੇ ਤਾਂ ਮੈਨੂੰ ਵਧੀਆ ਲੱਗ ਰਹੀ ਆ, ਅਸਲੀ ਜੋ ਨੀ ਕਿਵੇਂ ਲੱਗ ਰਹੀ ਹੋਣੀ। ਮੁੰਡਾ
ਲੱਭ ਗਿਆ ਫੁੱਫੜ ਲਾਈਟ ਬੰਦ ਕਰ ਲਾ ਮਾਂ ਦੇ ਹੁਣੀ ਅਸੀਂ ਸਾਰੇ ਉੱਥੋਂ ਆਏ ਆ ਵਾਪਸ ਅੱਛਾ ਅੱਛਾ ਹੋਰ ਫਿਰ ਕਿਵੇਂ ਲੱਗ ਰਿਹਾ ਤੁਹਾਨੂੰ ਆਪਦੇ ਨਾਨਕੇ ਘਰ ਚ ਆ ਗਏ? ਕਿੰਨੇ ਟਾਈਮ ਬਾਅਦ, ਬੜੇ ਟਾਈਮ ਬਾਅਦ ਇੱਥੇ ਇਕੱਠੇ ਹੋਏ ਹੋਣੇ ਤੁਸੀਂ ਹੈ ਨਾ? ਤੇਰਾ ਚਾਚਾ 24 ਸਾਲ ਬਾਅਦ ਆਇਆ ਤੇ ਅੱਜ ਤੇ ਵੱਡੀ ਕੜਾਈ ਉਹਨੇ ਲੈ ਕੇ ਕਹਿੰਦੇ ਉਹ ਤਾਂ ਪੋਦਰ ਬਣਾ ਲਈ ਜਗ੍ਹਾ ਮਸਤੌਰੀ ਖੰਡੇ ਵਿੱਚ ਅਸੀਂ ਮੂੰਗਪਣੀਆਂ ਭੁੰਨ ਕੇ ਖਾਂਦੇ ਨੇ ਵਿਆਹ ਘਰ ਚ। ਚਲੋ ਹੁਣ ਆ ਗਏ ਅਸੀਂ ਆਪਦੇ ਕਮਰੇ ਚ, ਹੁਣ ਟਾਈਮ ਆ ਗਿਆ ਰੈਸਟ ਕਰਨ ਦਾ। ਸਾਰੇ ਇਕੱਠੇ ਹੀ ਅਸੀਂ ਇੱਥੇ ਪੁਰਾਣੇ ਸਟਾਈਲ ਵਾਂਗੂ ਮੰਜੇ ਲੱਗੇ ਹੋਏ ਨੇ ਅੱਜ। ਇਹਦੇ ਕਰਕੇ ਮੈਂ ਵੀ ਨਹੀਂ ਨੱਚਿਆ, ਇਹ ਨਹੀਂ ਨੱਚੀ ਫਿਰ ਮੈਂ ਵੀ ਨਹੀਂ ਨੱਚਿਆ। ਮੈਂ ਕਿਹਾ ਛੱਡੋ, ਖੁੱਲੇ ਏਰੀਏ ਚ ਵੀ ਜਗ੍ਹਾ ਨੀ ਸੀ, ਏਡਾ ਵੇੜਾ ਸੀਗਾ। ਇਹਨੂੰ ਜਿਆਦਾ ਖੁੱਲਾ ਚਾਹੀਦਾ, ਇਹਨੂੰ ਫੈਲ ਕੇ ਨੱਚਦੀ ਹੈ। ਇਹਨੇ ਫਿਰ ਉਹ ਪਾਉਣੀ ਹੁੰਦੀ ਨੇ, ਕੀ ਕਹਿੰਦੇ ਹੁੰਦੇ ਨੇ, ਤਮਾਲਾ ਕਿੱਕਲੀਆਂ ਪੈਣ ਪਾਉਣੀ ਹੁੰਦੀ। ਤੇ ਚਲੋ ਹੁਣ ਕਰਦੇ ਹਾਂ ਰੈਸਟ। ਆਹ ਪੱਗ ਦਾ ਰੰਗ ਅੱਜ ਮੰਮੀ ਨੇ ਸੁਜੈਸਟ ਕੀਤਾ ਸੀਗਾ, ਆਹ ਬੜੇ ਟਾਈਮ ਤੋਂ ਪਈ ਸੀਗੀ, ਅੱਜ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਏ ਨੇ। ਇਹ ਅਲੱਗ ਜਿਹੀ ਡਿਫਰੈਂਟ ਕਲਰ ਸੀਗਾ, ਕਦੇ ਨਹੀਂ ਬੰਨਿਆ ਵਾਲਾ ਰੰਗ ਮੈਂ, ਪਰ ਸਹੀ ਲੱਗਿਆ ਹੈਨਾ। ਚਲੋ ਆਹ ਵੀ ਪਹਿਲੀ ਵਾਰ 'ਚ ਸੈੱਟ ਗਈ, ਸਹੀ ਹੈ। ਕੱਲ੍ਹ ਨੂੰ ਡਿਫਰੈਂਟ ਰੰਗ ਆ, ਉਹ ਦੇਖਦੇ ਕਿਹੜਾ ਬੰਨਾਂਗੇ। ਦੋ ਲੈ ਕੇ ਆਇਆ ਹੋਇਆ ਜਿਹੜਾ ਸਹੀ ਲੱਗਿਆ। ਹੁਣ ਅਸੀਂ ਜਿੱਥੇ ਹੁਣ ਰੁਕੇ ਹਾਂ, ਸਾਡੀ ਮਾਸੀ ਦਾ ਘਰ ਹੈ। ਅਤੇ ਅਸੀਂ ਹੈਗੇ ਕਿੱਥੇ ਹਾਂ? ਤੁਹਾਡੇ ਨਾਨਕੇ, ਆਪਣੇ ਨਾਨਕੇ ਪਿੰਡ ਦਾ ਨਾਂ ਤਾਂ ਦੱਸ ਦਿਓ। ਨਾਨਕੇ ਪਿੰਡ ਦਾ ਨਾਂ ਹੈਗਾ ਫਰੌਰ। ਹਾਂ, ਫਰੌਰ ਨੀਅਰ ਖਮਾਣੋ। ਅਤੇ ਇਹ ਪਿੰਡ 'ਚ ਸਾਡੀਆਂ ਇੰਨੀਆਂ ਜ਼ਿਆਦਾ ਰਿਸ਼ਤੇਦਾਰੀਆਂ ਨੇ, ਮੈਨੂੰ ਲੱਗਦਾ ਸਾਡੇ ਵਿਹੜੇ ਵਾਲੇ ਸਾਰੇ ਪਤਾ ਨਹੀਂ ਸ਼ਰੀਕੇ ਦੇ ਕਿੰਨੇ ਇੱਥੇ ਵਿਆਹੇ ਹੋਏ ਨੇ, ਅਤੇ ਹੋਰ ਵੀ ਪਤਾ ਨਹੀਂ ਕਿੰਨੀਆਂ ਰਿਸ਼ਤੇਦਾਰੀਆਂ ਸੀਗੀਆਂ ਪਿੰਡ 'ਚ। ਇਹਦੇ ਨਾਲ ਇੱਕ ਹੋਰ ਵੀ ਰਿਸ਼ਤੇਦਾਰੀ ਜੁੜੀ ਹੋਈ ਹੈ, ਜਿਵੇਂ ਉਹਨੇ ਮਾਸੀ ਵੀ ਹੈ। ਇਹ ਮਾਸੀ ਨਾਲ ਸ਼ਾਇਦ ਤੁਸੀਂ ਬਚਪਨ 'ਚ ਇਕੱਠੇ ਝਾੜ ਸਾਹਿਬ ਵੀ ਬਹੁਤਾ ਇਹਨਾਂ ਨਾਲ ਜ਼ਿਆਦਾ ਗੁਜ਼ਾਰਿਆ ਹੈ। ਸਾਡੀਆਂ ਰਿਸ਼ਤੇਦਾਰੀਆਂ ਪੇਚੀ ਦਾ ਬਹੁਤ ਨਿਆਂ ਤਾਂ, ਹੁਣ ਜੇ ਇੱਥੇ ਅੱਗੇ ਨਿਕਲਦੇ ਹੋਏ ਸੱਤੀ ਹੋਰਾਂ ਦੀ ਵੀ ਰਿਸ਼ਤੇਦਾਰੀ ਜਿੱਥੇ ਵਿਆਹ ਆ, ਉਹ ਵੀ ਉਹਨਾਂ ਦੀ ਵੀ ਜੁੜ ਜਾਂਦੀ ਹੈ ਅੱਗੇ। ਐਂਈਂ ਅੱਗੇ ਮੇਰੇ ਨਾਨਕਿਆਂ ਦੀ ਦੂਰੋਂ ਜੁੜ ਜਾਂਦੀ ਹੈ, ਅੱਗੇ ਤੁਹਾਡੇ ਨਾਨਕੇ ਇੱਥੇ ਪਤਾ ਨਹੀਂ ਕੀ ਪੇਚੀ ਦਾ ਵਾ, ਕਿੰਨੇ ਦੇ ਬੱਬੂ ਹੋਰਾਂ ਦੀ ਵੀ ਰਿਸ਼ਤੇਦਾਰੀ ਹੋਰ ਹਿਸਾਬ ਨਾਲ ਵੀ ਇੱਥੇ। ਨਾਇਰ ਫੁੱਫੜ ਦੀ ਭਤੀਜੀ ਯਾਰ ਇਸ ਪਿੰਡ 'ਚ ਹੀ, ਜੇ ਨਾਇਰ ਫੁੱਫੜ ਦੀ ਭਾਬੀ ਵੀ ਹੈ। ਨਾਇਰ ਫੁੱਫੜ ਦੀ ਭਾਬੀ ਨਹੀਂ ਹੈ ਇੱਥੇ, ਗੁੱਜਰਾਂ ਦੀਆਂ ਮਤਲਬ ਅਸੀਂ ਗੁੱਜਰ ਹਾਂ ਬਈ, ਗੁੱਜਰਾਂ ਦੀਆਂ ਆਪਸ 'ਚ ਐਵੇਂ, ਕਿਸੇ ਵੀ ਗੁੱਜਰ ਦੀ ਆਪਸ 'ਚ ਐਵੇਂ ਰਿਸ਼ਤੇਦਾਰੀ ਨਿਕਲ ਆਉਂਦੀ, ਜੇ ਆਪਸ 'ਚ ਗੁੱਜਰ ਗੱਲਾਂ ਮਾਰਨ ਬਹਿ ਜਾਣ ਤਾਂ। ਹਾਂ, ਸਾਡੇ ਹਰਿਆਣੇ ਵਾਲੀ ਸਾਈਡ ਪਹਿਲਾਂ ਨਾਲੇ ਇੰਨਾ ਕੋਈ ਵਾਹ ਨਹੀਂ ਸੀਗਾ, ਉਧਰੋਂ ਵੀ ਇੰਨੀਆਂ ਰਿਸ਼ਤੇਦਾਰੀਆਂ ਨਿਕਲੀਆਂ। ਤਾਂ ਮੈਂ ਉੱਚੀ ਤਾਂ ਨਹੀਂ ਬੋਲ ਰਿਹਾ, ਮੈਂ ਸਟਰਬ ਨਹੀਂ ਕਰਨਾ, ਪਰ ਇੱਥੇ ਐਜ਼ ਆ ਗੈਸਟ ਆਏ ਹੋਏ ਹਾਂ। ਮੈਂ ਨਾ, ਮੈਂ ਤਾਂ ਗੋਰਾ ਹੀ ਲੱਗ ਰਿਹਾ, ਤੁਸੀਂ ਕਾਲੇ ਲੱਗ ਰਹੇ ਹੋ। ਨਹੀਂ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਹੈਗਾ ਵੈਡਿੰਗ ਡੇ, ਤੇ ਹੋ ਗਿਆ ਸੀ ਰੈਡੀ, ਤੇ ਅੱਜ ਨਾ ਮੈਨੂੰ ਵੈਸੇ ਉੱਥੇ ਮੈਂ ਫੇਰ ਪਤਾ ਨਹੀਂ ਵਲੌਗ ਬਣਾ ਪਾਊਂਗਾ, ਕਿਉਂ ਪਤਾ ਨਹੀਂ, ਕੋਈ ਸੰਗਦੇ ਹੁੰਦੇ ਰਿਸ਼ਤੇਦਾਰਾਂ 'ਚ ਵੀ ਵਲੌਗ ਕਰਦੇ ਹੋਏ, ਵਲੌਗਿੰਗ ਕਰਦੇ ਹੋਏ। ਦੂਜੀ ਗੱਲ, ਸਾਰੇ ਹੀ ਵਲੌਗ ਦੇਖਦੇ ਨੇ ਤਾਂ ਉਹੀ ਬਸ ਉਹੀ ਜੱਕ ਜੀ ਆ ਜਾਂਦੀ ਉਦੋਂ ਨਹੀਂ ਕਿਉਂ, ਅਤੇ ਹੋਰ ਤਾਂ ਕੋਈ ਗੱਲ ਨਹੀਂ। ਬੈਨੇ ਭੂਆ ਹੋਰਾਂ ਕੋਲ ਜਾ ਕੇ ਵਿਆਹ 'ਚ ਮੈਨੂੰ ਪਤਾ ਨਹੀਂ ਕਿਉਂ, ਮਤਲਬ ਕਰਾਊਡ ਤੋਂ ਨਾ ਮੈਨੂੰ ਵੈਸੇ ਥੋੜ੍ਹੀ ਐਂਜਾਇਟੀ ਜਿਹੀ ਹੁੰਦੀ ਹੈ, ਅਤੇ ਇਹਨੂੰ ਚਾਅ ਚੜ੍ਹਦਾ ਇਹਨੇ ਤਾਂ ਹੁਣ ਖਾਣੇ ਨੇ ਜਾ ਕੇ ਪਕੌੜੇ। ਸਾਰੇ ਰਸਤੇ ਕਰਦੇ ਰਾਹ 'ਚ ਕੁਝ ਫੜ ਲਓ ਖਾਣ ਨੂੰ, ਭੁੱਖ ਲੱਗੇ। ਮੈਂ ਹੁਣ ਵਿਆਹ ਤਾਂ ਚੱਲੇ ਆ, ਤੇ ਆਪਾਂ ਅੱਜ ਕੋਈ ਕੋਟ ਬੈਂਡਰ ਨਹੀਂ ਪਾਇਆ, ਨੋਰਮਲ ਫਾਰਮਲ ਕੱਪੜਿਆਂ 'ਚ ਐਨ ਰਿਲੈਕਸ ਡੇ 'ਚ। ਉਹ 'ਚ ਥੋੜਾ ਜਿਹਾ ਬੰਦਾ ਨਾ ਕੌਨਸ਼ੀਅਸ ਜਿਹਾ ਹੋਇਆ ਰਹਿੰਦਾ ਵੀ ਠੀਕ ਹੈ, ਟਾਈਟ ਠੀਕ ਹੈ, ਠੀਕ ਹੈ, ਐਨ ਪੂਰਾ ਚਿੱਲ ਮੋੜ ਤਾ ਵੈ ਤਾ, ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਅੱਜ। ਨਾਲੇ ਮੈਨੂੰ ਵੀ ਪੱਗ ਵੀ ਠੀਕ ਠੀਕ ਹੈ, ਠੀਕ ਠੀਕ ਠਾਕ ਬੰਨੀ ਗਈ ਬੰਨੀ, ਇਹ ਵੀ ਮੈਨੂੰ ਪਤਾ ਕਿਵੇਂ ਬੰਨੀ ਹੈ ਸਵੇਰੇ ਸਵੇਰੇ, ਕਿਉਂਕਿ ਨਵੀਂ ਥਾਂ 'ਤੇ ਜਦ ਜਾਂਦੇ ਹਾਂ ਨਾ ਉਦੋਂ ਥੋੜ੍ਹੀ ਸੈਟਿੰਗ ਜੀ ਪੱਗ ਦੀ ਜਾਂ ਆਪਣੇ ਮੇਰੇ ਨਾਲ ਹਿਸਾਬ ਜਿਹਾ ਬਣਿਆ ਵਾ ਹੁੰਦਾ। ਫਿਰ ਵੀ ਠੀਕ ਹੈ, ਠੀਕ ਲੱਗ ਰਹੀ ਹੋਣੀ, ਦੱਸ ਦਿਓ ਕਿਵੇਂ ਲੱਗ ਰਹੀ। ਬੰਨੀ ਕਾਲੀ ਜਾਂ ਥੋੜ੍ਹੇ ਬੜਾ ਜਿਹਾ ਵਾਲੀ ਬੰਨੀ ਗਈ ਹੂੰ, ਠੀਕ ਹੈ ਓਵਰਆਲ, ਪਰ ਮੈਨੂੰ ਓਵਰਆਲ ਮੈਂ ਪਰ ਉਹ ਹੈ ਕੀ ਕਹਿੰਦੇ ਨੇ, ਵਧੀਆ ਸੰਤੁਸ਼ਟ ਹੈ ਆਪਣੀ ਲੁੱਕ ਤੋਂ। ਅਤੇ ਤੁਸੀਂ? ਮੈਂ ਤਾਂ ਡਿਜ਼ਾਈਨਰ ਸੂਟ ਪਾਏ ਹੋਏ ਆ।
ठीक है किन्ने बजे उठे हरे है साढ़े चार एक चीज दिखाव किन्ने बजे उठा दे हूं देख मम्मी बरात नहीं गए थे मम्मी उ रुक गए थे फरौर तो बाद मम्मी उतो एक्टिवा लेके चले गए झाड़ साहब साढ़े नानक उ नेड़े ही पेंदे ने पता नहीं गए हो गए नहीं उदो तो ऐ कहते मैं झाड़ साहब जाया आऊंगी उन्ना टाइम हाँ जी आ गए घरे वापस तो मम्मी भी जाए सी नानके मेरा लैपटॉप सी जिते एडिट करनी सी पै गया ऑन नहीं हो रहा दरअसल डिग्गी जे मैं लगता दाब दूब पै गया समान उत्ते पिया रह गया बाद चो किते पे हो जाता हूँ की कर सकते हूँ तो मैं हूँ मूड ऑफ करके तो बैठ नहीं सकता तो चलो फिर मिलते हैं तो बाकी हम करते हैं हिला हूँ बड़े टाइम तो यह तो नहीं यूज किया अच्छे तो बह के एडिट करते हैं वीडियो चल कोई ना कर दे थी एंड ते मिलदे फिर कल बाय